सीकर पंजाबी चैनल तुहाडा सारें दा स्वागत करदा है। साडियां वीडियोज़ पहलां पाउण लई सबसक्राइब करो ते बैल आइकन नूं दबाउणा ना भुल्लो। हेलो फ्रेंड्स, सत श्री अकाल सारिआं नूं, वैलकम बैक, स्वागत है तुहाडा सीकर पंजाबी चैनल ते। आदा साडा साडा टॉपिक है वह है नोबल प्राइज। जी हाँ, नोबल प्राइज बहुत ही इंपॉर्टेंट टॉपिक है कंपैटिटिव एग्जामीनेशन दे नाल। ते अगर देखिए तां इहदे विचों क्वेश्चन आंदा ही आंदा है, चाहे वह PPSC है, चाहे वह सबॉर्डिनेट बोर्ड कंडक्ट कर रहा है, चाहे होर कोई PPSC का एग्जामीनेशन है, उहदे विच आंदा ही है। ईवन के जिहड़े नैशनल लैवल के कॉम्पीटिटिव एग्जामीनेशन होंदे आ उहनां दे विच भी नोबल प्राइज के उत्ते क्वेश्चन देखा गया ते आम आंदा है। पर इहनूं असीं एक्चुअली किदां देखिए भी नोबल प्राइज के उत्ते क्वेश्चन आवेगा किवें, इहदे विच तीन कैटेगरी असीं डिवाइड कर लैंदे आ। जिस तरह एक तां हैगा भी नोबल प्राइज हुंदा की है, हैना, किहनूं दित्ता जांदा है, कदों दित्ता जांदा है ते क्यों दित्ता जांदा है, हैना। दूसरा हुंदा भी ਇਹਦੇ ਵਿੱਚ ਕਿਹੜੇ ਇਸ ਸਾਲ ਦੇ ਜਿਹੜੇ ਨੋਬਲ ਪ੍ਰਾਈਜ਼ ਆ ਉਹ ਕਿਹਨੂੰ ਦਿੱਤੇ ਗਏ ਆ, ਕਿਹੜੀ ਕਿਹੜੀ ਕੈਟੇਗਰੀ ਦਿੱਤੇ ਗਏ ਆ ਤੇ ਕਿਹੜੇ ਕਿਹੜੇ ਕੰਟਰੀ ਨਾਲ ਉਹ ਬੰਦੇ ਬਿਲੋਂਗ ਕਰਦੇ ਸੀਗੇ, ਠੀਕ ਆ ਜੀ। ਜਾਂ ਤੀਸਰਾ ਹੋ ਸਕਦਾ ਜੇ ਇੰਡੀਅਨ ਨੋਬਲ ਨੋਰੀਅਟਸ ਕਿਹੜੇ ਕਿਹੜੇ ਆ। ਤਾਂ ਜਿਹੜੀ ਇਹ ਵੀਡੀਓ ਆ ਇਹਦੇ ਵਿੱਚ ਅਸੀਂ ਇਹ ਦੇਖਾਂਗੇ ਵੀ ਨੋਬਲ ਪ੍ਰਾਈਜ਼ ਹੁੰਦਾ ਕੀ ਆ, ਇਹਦੇ ਬਾਰੇ ਜਿਹੜੇ ਇੰਪੋਰਟੈਂਟ ਫੈਕਟਸ ਆ ਇਹਦੇ ਬਾਰੇ ਉਹ ਦੇਖਾਂਗੇ, ਹੈ ਨਾ, ਕਿਉਂ ਦਿੱਤਾ ਜਾਂਦਾ, ਕੌਣ ਦਿੰਦਾ, ਕਿਹੜੀ ਆਰਗਨਾਈਜੇਸ਼ਨ ਦਿੰਦੀ ਆ, ਕਿਹੜਾ ਕੰਟਰੀ ਦਿੰਦਾ ਤੇ ਕਿਹਨੂੰ ਦਿੱਤਾ ਜਾਂਦਾ ਤੇ ਕਦੋਂ ਕਦੋਂ ਦਿੱਤਾ ਜਾਂਦਾ, ਠੀਕ ਆ ਜੀ। ਤੇ ਆਦਾ ਜਿਹੜਾ ਸਾਡਾ ਟੌਪਿਕ ਹੈ ਉਹ ਬਸ ਨੋਬਲ ਪ੍ਰਾਈਜ਼ ਉੱਤੇ ਹੀ ਕੰਸਨਟ੍ਰੇਟਡ ਹੈ। ਇਹਦੇ ਵਿੱਚ ਅਸੀਂ ਨਾ ਹੀ ਇੰਡੀਅਨ ਨੋਬਲ ਨੋਰੀਅਟ ਕਰਾਂਗੇ, ਨਾ ਹੀ ਜਿਹੜੇ ਲੇਟੈਸਟ 2017 ਦੇ ਆ ਉਹ ਕਰਾਂਗੇ। ਨੋਬਲ ਪ੍ਰਾਈਜ਼ ਦਾ ਇਹ ਪਾਰਟ ਹੈ, ਇਹ ਪਾਰਟ 1 ਰਹੇਗਾ। ਦੂਸਰੇ ਪਾਰਟ ਵਿੱਚ ਅਸੀਂ ਦੇਖਾਂਗੇ ਜਿਹੜੇ ਲੇਟੈਸਟ 2017 ਦੇ ਜਿਹੜੇ ਹੈਗੇ ਆ ਅਵਾਰਡ ਉਹ ਦੇਖਾਂਗੇ। ਥਰਡ ਪਾਰਟ ਦੇ ਵੀ ਦੇਖਾਂਗੇ ਇੰਡੀਅਨ ਨੋਬਲ ਨੋਰੀਅਟ, ਠੀਕ ਹੈ ਜੀ। ਚਲੋ ਸਟਾਰਟ ਕਰਦੇ ਹਾਂ ਨੋਬਲ ਪ੍ਰਾਈਜ਼। On 27th of November 1895, Alfred Nobel signed his last will and testament, giving the largest share of his fortune to series of prizes in physics, chemistry, or medicine, literature, peace, ठीक है जी। Actually की सीगा, Alfred Nobel ना था, एक वैज्ञानिक सीगा, साइंटिस्ट सीगा, एंड सोशल वर्कर भी रहे हैं, इंडस्ट्रियलिस्ट भी रहे हैं। उन्होंने 27 नवंबर 1895 नू अपनी एक जी टेस्टिमेंट साइन की थी सीगी मरण तो पहला। ਉਹਦੇ ਵਿੱਚ ਟੈਸਟੀਮੈਂਟ ਕੀ ਹੁੰਦਾ ਜੀ, ਸਾਡੀ ਵਸੀਅਤ ਜਾਂ ਮਰਨ ਤੋਂ ਪਹਿਲਾਂ ਜਿਹੜੀ ਇੱਛਾ ਹੁੰਦੀ ਹੈ ਇਨਸਾਨ ਦੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਸੀਗਾ ਵੀ ਮੈਂ ਜਿਹੜੀ ਕਮਾਈ ਮੈਂ ਕੀਤੀ ਆ ਉਹਨੂੰ ਮੈਂ ਸੋਸ਼ਲ ਵੈਲਫੇਅਰ ਲਈ, ਸਮਾਜ ਦੇ ਕਲਿਆਣ ਲਈ, ਭਲਾਈ ਲਈ ਲਾਉਣਾ ਚਾਹੁੰਦਾ। ਤੇ ਉਹਦੇ ਵਿੱਚੋਂ ਮੈਂ ਕੁਛ ਅਵਾਰਡ ਦੇਣਾ ਚਾਹੁੰਦਾ ਵੀ ਫਿਜਿਕਸ ਸਾਇੰਸ ਦੇ ਰਿਲੇਟਡ ਫੀਲਡ ਦੇ ਵਿੱਚ, ਜਿਹੜੇ ਕਿ ਫਿਜਿਕਸ, ਕੈਮਿਸਟਰੀ, ਜ਼ੂਲੋਜੀ ਔਰ ਮੈਡੀਸਨ ਔਰ ਲਿਟਰੇਚਰ ਔਰ ਪੀਸ ਦੇ ਵਿੱਚ ਦਿੱਤੇ ਜਾਣਗੇ, ਤੇ ਉਹਨਾਂ ਦੀ ਜਿਹੜੀ ਫੰਡਿੰਗ ਆ, ਜਿਹੜੀ ਮੇਰੀ ਕਮਾਈ ਆ, ਉਹਦੇ ਵਿੱਚੋਂ ਕੀਤੀ ਜਾਊਗੀ ਅਵਾਰਡ ਦੀ, ਠੀਕ ਹੈ। ਤਾਂ ਉਹਨਾਂ ਦਾ ਇਹ ਮਕਸਦ ਸੀਗਾ, ਲਾਸਟ ਜਿਹੜੀ ਉਹਨਾਂ ਦੀ ਇੱਛਾ ਸੀਗੀ। ਤੇ ਉਹਦੇ ਹਿਸਾਬ ਨਾਲ ਜਿਹੜਾ ਅਲਫਰਡ ਨੋਬਲ ਦੇ ਨਾਮ ਤੇ ਨੋਬਲ ਪ੍ਰਾਈਜ਼ ਦੀ ਸੀਰੀਜ਼ ਸਟਾਰਟ ਕੀਤੀ ਗਈ। ਅਲਫਰਡ ਨੋਬਲ ਬਾਰੇ ਜਾਣ ਲੈਂਦੇ ਹਾਂ। ਅਲਫਰਡ ਨੋਬਲ ਇੱਕ ਪ੍ਰਸਿੱਧ ਵਿਗਿਆਨੀ ਦੇ ਹੋਣ ਦੇ ਨਾਲ ਨਾਲ ਇੱਕ ਪ੍ਰਸਿੱਧ ਇੰਡਸਟਰੀਲਿਸਟ ਵੀ ਸੀਗੇ। ਉਹਨਾਂ ਨੂੰ ਐਕਚੁਅਲੀ ਜਿਹੜੀ ਉਹਨਾਂ ਖੋਜ ਹੈ, ਜਿਹੜੀ ਉਹਨਾਂ ਦੀ ਇਨਵੈਂਸ਼ਨ ਹੈ, ਉਹ ਹੈਗੀ ਹੈ ਡਾਇਨਾਮਾਈਟ। ਡਾਇਨਾਮਾਈਟ ਦੀ ਖੋਜ ਲਈ ਜਾਣਿਆ ਜਾਂਦਾ ਅਲਫਰਡ ਨੋਬਲ ਨੂੰ। ਡਾਇਨਾਮਾਈਟ ਕੀ ਸੀਗਾ? ਬਾਰੂਦ ਹੁੰਦਾ ਹੈ ਜਿਹਦੇ ਨਾਲ ਅਸੀਂ ਪਹਾੜਾਂ ਨੂੰ ਜਾਂ ਹੋਰ ਉਡਾ ਸਕਦੇ ਹਾਂ ਬਾਰੂਦ ਦੇ ਨਾਲ, ਹੈ ਨਾ, ਇੱਕ ਤਰ੍ਹਾਂ ਦੇ ਜਿਸ ਤਰ੍ਹਾਂ ਕਿ ਸੁਰੰਗਾਂ ਬਣਾਉਣੀਆਂ ਪਹਾੜਾਂ ਦੇ ਥਰੂ, ਉਹ ਚੀਜ਼ਾਂ। ਐਕਚੁਅਲੀ ਜਿਹੜੇ ਅਲਫਰਡ ਨੋਬਲ ਸੀਗੇ, ਇਹਨਾਂ ਦੀ ਫੈਮਿਲੀ ਜੋ ਮਦਰ ਤੇ ਫਾਦਰ ਸੀਗੇ, ਉਹ ਪਹਾੜਾਂ ਨੂੰ, ਪੱਥਰਾਂ ਨੂੰ ਤੋੜਨ ਦਾ ਕੰਮ ਕਰਦੇ ਸਨ। ਤੇ ਐਕਚੁਅਲੀ ਬਹੁਤ ਗਰੀਬ ਸੀਗੇ, ਜਦ ਇਹ ਬਿਜ਼ਨਸ 'ਚ ਪਏ ਇੱਦਾਂ ਦੇ 'ਚ, ਫਿਰ ਗਨ ਪਾਊਡਰ ਦੇ ਬਿਜ਼ਨਸ 'ਚ ਪੈ ਗਏ। ਉਸ ਤੋਂ ਬਾਅਦ ਇਹਨਾਂ ਨੂੰ ਫਾਰਮੂਲਾ ਸਰਚ ਕੀਤਾ ਇਹਨਾਂ ਨੇ ਡਾਇਨਾਮਾਈਟ ਬਣਾਉਣ ਦਾ, ਠੀਕ ਹੈ। ਤੇ ਉਸ ਤੋਂ ਬਾਅਦ ਇਹਨਾਂ ਕੋਲ ਬਹੁਤ ਜ਼ਿਆਦਾ ਜਿਹੜਾ ਪੈਸਾ ਆ ਗਿਆ ਹੈਗਾ, ਠੀਕ ਹੈ। ਤੇ ਬਹੁਤ ਵੱਡੇ ਇੰਡਸਟਰੀਲਿਸਟ ਬਣ ਗਏ ਯੂਰਪ ਦੇ, ਤੇ ਬਹੁਤ ਜ਼ਿਆਦਾ ਦੇਸ਼ਾਂ ਦੇ ਵਿੱਚ ਇਹਨਾਂ ਦੀਆਂ ਆਪਣੀਆਂ ਕੰਪਨੀਆਂ ਖੋਲ ਦਿੱਤੀਆਂ, ਜਿਸ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਪੈਸਾ ਆ ਗਿਆ। ਉਸ ਪੈਸੇ ਨੂੰ ਹੀ ਬਾਅਦ ਵਿੱਚ ਇਹਨਾਂ ਨੇ, ਅਲਫਰਡ ਨੋਬਲ ਨੇ, ਨੋਬਲ ਪ੍ਰਾਈਜ਼ ਦੇ ਜਿਹੜੇ ਪ੍ਰਾਈਜ਼ ਦਿੱਤੇ ਜਾਂਦੇ ਆ ਉਹਨਾਂ ਲਈ ਵਰਤਣ ਲਈ ਆਪਣੀ ਟੈਸਟੀਮੈਂਟ ਦੇ ਵਿੱਚ ਲਿਖਿਆ ਸੀਗਾ ਐਕਚੁਅਲੀ। ਬਟ ਨੋਬਲ, ਅਲਫਰਡ ਨੋਬਲ ਨੂੰ ਲੋਕੀ ਮਰਚੈਂਟ ਆਫ ਡੈਥ ਵੀ ਕਹਿੰਦੇ ਆ, ਬਿਕੋਜ਼ ਆਫ ਉਹਨਾਂ ਨੇ ਡਾਇਨਾਮਾਈਟ ਦੀ ਖੋਜ ਕੀਤੀ ਸੀ, ਕਿਉਂਕਿ ਸੈਕੰਡ ਵਰਲਡ ਵਾਰ ਦੇ ਵਿੱਚ ਜਾਂ ਫਸਟ ਵਰਲਡ ਵਾਰ ਦੇ ਵਿੱਚ ਜਿਹੜਾ ਬਾਰੂਦ ਹੈ ਦੀ ਬਹੁਤ ਜ਼ਿਆਦਾ ਯੂਜ਼ ਹੋਇਆ, ਜਿਸ ਨਾਲ ਬਹੁਤ ਲੋਕਾਂ ਦੀਆਂ ਜਾਨਾਂ ਗਈਆਂ, ਹੈ ਨਾ। ਲੋਕਾਂ ਨੇ ਇਹਨੂੰ ਮਰਚੈਂਟ ਆਫ ਡੈਥ ਵੀ ਕਿਹਾ। ਇਸ ਦਾਗ ਨੂੰ ਧੋਣ ਲਈ ਅਲਫਰਡ ਨੋਬਲ ਨੇ ਇਹ ਵੀ ਸੋਚਿਆ ਵੀ ਮੈਂ ਜਿਹੜਾ, ਮੈਨੂੰ ਲੋਕਾਂ ਨੇ ਇਹ ਮੇਰੇ ਤੇ ਦਾਗ ਲਾ ਦਿੱਤਾ ਹੈ ਕਿ ਮੈਂ ਮਰਚੈਂਟ ਆਫ ਡੈਥ, ਮੈਨੂੰ ਕਿਹਾ ਗਿਆ, ਮੈਂ ਲੋਕਾਂ ਦੇ ਭਲਾਈ ਲਈ ਕੁਛ ਕਰਕੇ ਜਾਣਾ ਚਾਹੁੰਦਾ, ਮੈਂ ਇਸ ਦਾਗ ਨੂੰ ਲੈ ਕੇ ਨਹੀਂ ਮਰਨਾ ਚਾਹੁੰਦਾ। ਤਾਂ ਉਹਨਾਂ ਨੇ ਇਸ ਜਿਹੜੇ ਅਵਾਰਡਸ ਨੂੰ ਸਟਾਰਟ ਕੀਤਾ। ਉਸ ਤੋਂ ਇਲਾਵਾ 1968 ਦੇ ਵਿੱਚ, ਠੀਕ ਹੈ, ਸਵੇਰੇਜ ਰਿਸਕ ਬੈਂਡ ਜਿਹੜਾ ਨੈਸ਼ਨਲ ਬੈਂਕ ਆ ਸਵੀਡਨ ਦਾ, ਉਹਨਾਂ ਨੇ ਅਲਫਰਡ ਨੋਬਲ ਦੀ ਯਾਦ ਦੇ ਵਿੱਚ ਇੱਕ ਹੋਰ ਜਿਹੜਾ ਨਾਮ ਹੈ, ਹੋਰ ਇੱਕ ਮੈਡਲ ਹੈ, ਉਹਨੂੰ ਸਟਾਰਟਿੰਗ ਕੀਤੀ। ਉਹਨੇ ਹੈਗਾ ਇਕਨੋਮਿਕ ਸਾਇੰਸ ਦੇ ਵਿੱਚ, ਇਨ ਦਾ ਮੈਮੋਰੀ ਆਫ ਅਲਫਰਡ ਨੋਬਲ ਦੀ, ਠੀਕ ਹੈ।
ਸਵੀਡਨ ਸੈਂਟਰਲ ਬੈਂਕ ਆ ਜਿਹੜਾ ਉਹਨਾਂ ਨੇ ਕੀਤੀ। ਠੀਕ ਹੈ, ਇਹ ਵੀ ਕੁਐਸਚਨ ਆ ਸਕਦਾ, ਤਾਂ ਇਹ ਚੀਜ਼ ਨੂੰ ਦੇਖ ਲਿਓ ਜੀ, ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇਸ ਤਰ੍ਹਾਂ ਮੈਂ ਥੋੜ੍ਹਾ ਜਿਹਾ ਪੰਜਾਬੀ ਦੇ ਵਿੱਚ ਵੀ ਲਿਖਿਆ, ਇਹਨੂੰ ਪੜ੍ਹ ਲਿਓ। ਨੋਬਲ ਇਨਾਮ ਸਾਲਾਨਾ ਜਿਹੜੀ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵੱਲੋਂ ਵੱਖ ਵੱਖ ਖੇਤਰਾਂ ਵਿੱਚ ਵੰਡਣ ਯੋਗ ਯੋਗਦਾਨ ਦੇਣ ਵਾਲਿਆਂ ਨੂੰ ਦਿੱਤਾ ਜਾਂਦਾ ਹੈ ਨਾ। ਉਹੀ ਚੀਜ਼ ਆ, ਸੇਮ ਦਿੱਤੀ ਹੈ, ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਸਰੀਰ ਤੇ ਚਿਕਿਤਸਾ ਵਿਗਿਆਨ, ਨੋਬਲ ਸ਼ਾਂਤੀ ਵਿਗਿਆਨ, ਅਰਥ ਸ਼ਾਸਤਰ ਦੇ। ਠੀਕ ਹੈ ਜੀ, ਦੇਖ ਲਿਓ ਇਹਨਾਂ ਨੂੰ। ਤੇ ਹਰ ਸਾਲ ਦਿੱਤਾ ਜਾਂਦਾ 10 ਦਸੰਬਰ ਨੂੰ, ਜਦੋਂ ਨੋਬਲ ਅਲਫਰ ਨੋਬਲ ਜੀ ਦੀ ਬਰਸੀ ਦੇ ਟਾਈਮ। ਠੀਕ ਹੈ ਜੀ, 10 ਦਸੰਬਰ ਨੂੰ ਉਹਨਾਂ ਦੀ ਡੈਥ ਹੋਈ ਸੀਗੀ, 10 ਦਸੰਬਰ ਨੂੰ ਇਹ ਦਿੱਤਾ ਜਾਂਦਾ। ਠੀਕ ਹੈ ਜੀ, ਨੈਕਸਟ ਹੈਗਾ ਜੀ, ਹੁਣ ਇਹਦੇ ਬਾਰੇ ਥੋੜਾ ਦੇਖ ਲੈਂਦੇ ਹਾਂ ਕਿਹਨੂੰ ਕਿਹਨੂੰ ਦਿੱਤਾ। ਆਊਟਸਟੈਂਡਿੰਗ ਕੰਟਰੀਬਿਊਸ਼ਨ ਫਾਰ ਹਿਊਮੈਨਿਟੀ ਇਨ ਕੈਮਿਸਟਰੀ, ਲਿਟਰੇਚਰ, ਪੀਸ, ਫਿਜਿਕਸ ਔਰ ਫਿਜ਼ੀਓਲੋਜੀ ਔਰ ਮੈਡੀਸਨ। ਨੋਬਲ ਮੈਮੋਰੀਅਲ ਪ੍ਰਾਈਜ਼ ਇਨ ਇਕਨੋਮਿਕ ਸਾਇੰਸ ਤੇ ਇਕਨੋਮਿਕ ਸਾਇੰਸ ਦੇ ਵਿੱਚ ਜਿਹੜਾ ਮੈਮੋਰੀਅਲ ਦਾ ਨੈਸ਼ਨਲ ਬੈਂਕ ਆਫ ਜਿਹੜਾ ਸਵੀਡਨ ਦਾ ਹੈਗਾ, ਉਹਨਾਂ ਵੱਲੋਂ ਇੱਕ ਅਲੱਗ ਜਿਹੜਾ ਦਿੱਤਾ ਜਾਂਦਾ ਨੋਬਲ ਮੈਮੋਰੀਅਲ ਪ੍ਰਾਈਜ਼ ਇਨ ਇਕਨੋਮਿਕ ਸਾਇੰਸ। ਠੀਕ ਹੈ ਜੀ, ਇਸ 6 ਕੈਟੇਗਰੀਜ਼ ਹੈਗੀਆਂ ਜਿਹਨਾਂ ਉੱਤੇ ਜਿਹੜਾ ਅਵਾਰਡ ਹੈ ਦਿੱਤਾ ਜਾਂਦਾ। ਕੰਟਰੀ ਕੌਣ ਹੈ? ਸਵੀਡਨ ਦਿੰਦੀ ਹੈ। ਸਵੀਡਨ ਆਲ ਪ੍ਰਾਈਜ਼ ਐਕਸੈਪਟ ਇਨ ਦਾ ਪੀਸ। ਪੀਸ ਕੌਣ ਦਿੰਦਾ ਜੀ? ਪੀਸ ਨੂੰ ਨਾਰਵੇ ਦਿੰਦਾ। ਪੀਸ ਪ੍ਰਾਈਜ਼ ਜਿਹੜਾ ਇਕੱਲਾ ਨਾਰਵੇ, ਯਾਦ ਰੱਖਣਾ ਜੀ, ਜਿਹੜਾ ਪੀਸ ਨੋਬਲ ਪ੍ਰਾਈਜ਼ ਆ ਉਹਨੂੰ ਨਾਰਵੇ ਦਿੰਦਾ ਹੈ। ਉਸ ਤੋਂ ਇਲਾਵਾ ਜਿਹੜੇ ਬਾਕੀ ਦੇ ਜਿਹੜੇ ਪ੍ਰਾਈਜ਼ ਆ ਉਹਨਾਂ ਨੂੰ ਸਵੀਡਨ ਦਿੰਦਾ ਹੈਗਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹਨੂੰ ਦੇਖ ਲੈਣਾ ਤੁਸੀਂ ਨੇ। ਨੈਕਸਟ ਹੈਗਾ ਜੀ, ਪ੍ਰੈਜੈਂਟਡ ਬਾਏ ਸਵੀਡਿਸ਼ ਅਕੈਡਮੀ। ਠੀਕ ਹੈ, ਤੇ ਨੋਬਲ ਕਮੇਟੀ ਆਫ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸ, ਨੋਬਲ ਕਮੇਟੀ ਆਫ ਕਰੋਲਿੰਗਸ ਇੰਸਟੀਟਿਊਟ, ਠੀਕ ਹੈ, ਨਾਰਵੇਨ ਨੋਬਲ ਕਮੇਟੀ। ਠੀਕ ਹੈ, ਇਹ 4 ਇੰਸਟੀਟਿਊਸ਼ਨ ਹੈ ਜਿਹੜੇ ਇਹ ਦਿੰਦੇ ਨੇ। ਅੱਗੇ ਦੇਖਾਂਗੇ ਡਿਟੇਲ ਦੇ ਵਿੱਚ ਕਿਹੜੇ ਇੰਸਟੀਟਿਊਟ ਕਿਹੜੇ ਦਿੰਦੇ ਨੇ। ਠੀਕ ਹੈ, ਹੁਣ ਰਿਵਾਰਡ ਕੀ ਹੈ ਇਹਦੇ ਵਿੱਚ? ਇਹਦੇ ਵਿੱਚ 9 ਮਿਲੀਅਨ ਐਸੇ ਕੀ ਹੈ? ਸਵੀਡਿਸ਼ ਕਰੰਸੀ ਹੈ ਜੀ, 9 ਮਿਲੀਅਨ ਸਵੀਡਿਸ਼ ਕਰੰਸੀ ਹੈ ਜਿਹੜੀ ਦਿੱਤੀ ਜਾਂਦੀ ਹੈ ਨਾ, 1 ਮਿਲੀਅਨ ਪਲੱਸ ਹੋ ਜਾਂਦਾ ਕੁਛ ਏਦਾਂ। ਠੀਕ ਹੈ, ਇੰਨਾ ਜ਼ਿਆਦਾ ਹੋ ਜਾਂਦਾ। ਜੇ ਦੇਖਿਆ ਜਾਵੇ ਇਹਦੀ ਕੀਮਤ ਹੈ, ਇਹਨੂੰ ਇਹਦੀ ਬੋਲੀ ਲਿਆ ਕੇ ਵੇਚਿਆ ਗਿਆ ਪਿੱਛੇ ਜੇ, ਇਹਦੀ 4.76 ਮਿਲੀਅਨ US ਡਾਲਰ ਬਣੀ ਹੈ ਇਹਦੀ ਕੀਮਤ। ਠੀਕ ਹੈ ਜੀ, ਤਾਂ ਫਸਟ ਅਵਾਰਡ ਕਦੋਂ ਹੋਇਆ ਜੀ? 1901 ਦੇ ਵਿੱਚ ਪਹਿਲੀ ਵਾਰ ਹੋਇਆ ਸੀ, ਤੇ 116 ਸਾਲ ਹੋ ਚੁੱਕੇ ਹੁਣ ਤੱਕ ਇਹਦੇ। ਠੀਕ ਹੈ ਜੀ, 116 ਈਅਰ ਅਗੋ। ਠੀਕ ਹੈ, ਨੰਬਰ ਆਫ ਲੋਰੇਟ ਕਿੰਨੇ ਆ? 584 ਪ੍ਰਾਈਜ਼ ਹੁਣ ਤੱਕ ਦਿੱਤੇ ਗਏ ਆ ਟੂ 923rd ਲੋਰੇਟ ਐਜ ਆਫ 2017। ਸਾਨੂੰ ਪਤਾ ਹੈ ਜੀ ਜਿਹੜੇ ਨੰਬਰ ਆਫ ਲੋਰੀਅਟਸ ਇੱਥੇ ਦਿੱਤੇ ਗਏ ਆ ਉਹਦੇ ਵਿੱਚ ਦੇਖੋ ਪ੍ਰਾਈਜ਼ ਘੱਟ ਨੇ, ਲੋਰੀਅਟ ਜ਼ਿਆਦਾ ਹੈ, ਕਿਉਂਕਿ ਇਹਦੇ ਵਿੱਚ ਕੀ ਹੁੰਦਾ ਹੈ ਕਈ ਵਾਰ ਮੈਕਸੀਮਮ ਇਹ 3 ਬੰਦਿਆਂ ਨੂੰ ਇੱਕ ਅਵਾਰਡ ਦੇ ਦਿੱਤਾ ਜਾਂਦਾ ਹੈ, 3 ਤੋਂ ਜ਼ਿਆਦਾ ਬੰਦਿਆਂ ਨੂੰ ਨਹੀਂ ਦਿੱਤਾ ਜਾ ਸਕਦਾ। ਠੀਕ ਹੈ, 3 ਤੋਂ ਜ਼ਿਆਦਾ ਨੂੰ ਨਹੀਂ ਦਿੱਤਾ ਜਾਂਦਾ, 1 ਨੂੰ ਦਿੱਤਾ ਜਾਂਦਾ, 2 ਨੂੰ ਦਿੱਤਾ ਜਾਂਦਾ, 3 ਨੂੰ ਦਿੱਤਾ ਜਾਂਦਾ। ਠੀਕ ਹੈ, ਤਾਂ ਕਰਕੇ ਪ੍ਰਾਈਜ਼ ਘੱਟ ਨੇ, ਲੋਰੀਅਟਸ ਜ਼ਿਆਦਾ ਨੇ। ਠੀਕ ਹੈ ਜੀ, ਨੈਕਸਟ ਸਾਡਾ ਹੈਗਾ ਜੀ ਕਿਹੜੀ ਕਿਹੜੀ ਕੈਟੇਗਰੀ ਨੂੰ ਕਿਹੜੀ ਆਰਗਨਾਈਜੇਸ਼ਨ ਦਿੰਦੀ ਹੈ। ਠੀਕ ਹੈ, ਤੇ ਕਿੱਥੇ ਦਿੱਤਾ ਜਾਂਦਾ? ਠੀਕ ਹੈ, ਤਾਂ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਐਂਡ ਕੈਮਿਸਟਰੀ, ਕੈਮਿਸਟਰੀ ਨੂੰ ਕਹਿੰਦਾ ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸ। ਯਾਦ ਰੱਖਣਾ ਜੀ, ਰੋਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਕਿਹਨੂੰ ਦਿੰਦੀ ਹੈ ਜੀ? ਫਿਜ਼ਿਕਸ ਐਂਡ ਕੈਮਿਸਟਰੀ ਵਿੱਚ। ਕਿੱਥੇ? ਸਕਾਟਹੋਮ। ਸਕਾਟਹੋਮ ਸਵੀਡਨ ਦੀ ਕੈਪੀਟਲ ਹੈ, ਸਕਾਟਹੋਮ ਦੇ ਵਿੱਚ, ਸਵੀਡਨ ਦੇ ਵਿੱਚ। ਠੀਕ ਹੈ ਜੀ, ਤੇ ਇਕਨੋਮਿਕ ਸਾਇੰਸ ਦੇ ਵਿੱਚ ਸਾਨੂੰ ਪਤਾ ਸੈਂਟਰਲ ਬੈਂਕ ਆਫ ਸਵੀਡਨ ਹੈ ਜਿਹੜਾ ਉਹ ਦਿੱਤਾ ਹੈ, ਬਟ ਦਿੰਦਾ ਇਹਨੂੰ ਰੋਇਲ ਸਵੀਡਿਸ਼ ਅਕੈਡਮੀ ਉਹ ਅੱਗੇ, ਪਰ ਇਹਨੂੰ ਜਿਹੜਾ ਇਹਦੀ ਸਪੋਂਸਰਸ਼ਿਪ ਕਰਦਾ ਉਹ ਸੈਂਟਰਲ ਬੈਂਕ ਆਫ ਸਵੀਡਨ ਹੈ, ਕਿਉਂਕਿ ਉਹਨਾਂ ਨੇ ਯਾਦ ਵਿੱਚ ਅਲਫਰ ਨੋਬਲ ਦੇ ਵਿੱਚ ਐਕਸਟਰਾ ਤੋਂ ਸਟਾਰਟ ਕੀਤਾ ਸੀਗਾ। ਕਦੋਂ ਸਟਾਰਟ ਕੀਤਾ ਜੀ? 1968 ਦੇ ਵਿੱਚ, ਸਾਨੂੰ ਪਤਾ। ਠੀਕ ਹੈ, ਨੈਕਸਟ ਹੈਗਾ ਜੀ ਮੈਡੀਸਨ ਫਿਜ਼ੀਓਲੋਜੀ, ਉਹਦੇ ਵਿੱਚ ਕੀ ਹੈ ਜੀ? ਨੋਬਲ ਅਸੈਂਬਲੀ ਐਟ ਕੈਰੋਲਿੰਸਾ ਇੰਸਟੀਚਿਊਟ, ਕੈਰੋਲਿੰਸਾ ਇੰਸਟੀਚਿਊਟ ਹੈ ਜਿਹੜਾ ਸਵੀਡਨ ਦੇ ਵਿੱਚ, ਸਕਾਟਹੋਮ ਦੇ ਵਿੱਚ ਹੀ ਹੈ, ਤੇ ਉੱਥੇ ਨੋਬਲ ਅਸੈਂਬਲੀ ਜਿਹੜੀ ਉੱਥੇ ਦੀ ਉਹ ਇਹਨੂੰ ਪ੍ਰੈਜੈਂਟ ਕਰਦੀ ਹੈ ਜਿਹੜੀ ਮੈਡੀਸਨ ਦੇ ਵਿੱਚ। ਇਹ ਵੀ ਯਾਦ ਕਰ ਲੈਣਾ ਜੀ, ਇੰਪੋਰਟੈਂਟ ਹੈ। ਨੋਬਲ ਪ੍ਰਾਈਜ਼ ਇਨ ਲਿਟਰੇਚਰ ਸਵੀਡਿਸ਼ ਅਕੈਡਮੀ ਹੈ ਜਿਹੜੀ, ਸਵੀਡਿਸ਼ ਅਕੈਡਮੀ, ਉੱਪਰ ਦੇਖੋ ਕਨਫਿਊਜ਼ ਨਹੀਂ ਹੋਣਾ, ਸਵੀਡਿਸ਼ ਅਕੈਡਮੀ ਹੈ ਉੱਥੇ, ਸਵੀਡਿਸ਼ ਰੋਇਲ ਸਵੀਡਿਸ਼ ਅਕੈਡਮੀ ਲਿਖਿਆ ਆਫ ਸਾਇੰਸ ਲਿਖਿਆ ਸੀਗਾ, ਇੱਥੇ ਇਕੱਲਾ ਸਵੀਡਿਸ਼ ਅਕੈਡਮੀ ਲਿਖਿਆ। ਠੀਕ ਹੈ, ਇਹ ਵੀ ਸਕਾਟਹੋਮ ਦੇ ਵਿੱਚ, ਸਵੀਡਨ ਦੇ ਵਿੱਚ ਹੈਗੀ ਹੈ। ਠੀਕ ਹੈ ਜੀ, ਉਸ ਤੋਂ ਇਲਾਵਾ ਜਿਹੜਾ 6th ਹੈਗਾ ਨੋਬਲ ਪੀਸ ਪ੍ਰਾਈਜ਼, ਮੈਂ ਪਹਿਲਾਂ ਵੀ ਦੱਸ ਕੇ ਹਟਿਆ, ਇਹਨੂੰ ਸਵੀਡਨ ਨਹੀਂ ਦਿੰਦਾ, ਇਹਨੂੰ ਨਾਰਵੇ ਦਿੰਦਾ। ਨਾਰਵੇ ਕੰਟਰੀ ਦੀ ਕੈਪੀਟਲ ਹੈਗੀ ਹੈ ਓਸਲੋ, ਓਸਲੋ ਦੇ ਵਿੱਚ ਨਾਰਵੇ ਨੋਬਲ ਕਮੇਟੀ ਹੈ ਜਿਹੜੀ ਉਹ ਇਹਨੂੰ ਪ੍ਰੈਜੈਂਟ ਕਰਦੀ ਹੈਗੀ ਹੈ ਜੀ। ਠੀਕ ਹੈ, ਨੈਕਸਟ ਕੀ ਹੈ ਸਾਡਾ? ਹੁਣ ਲੋਰੀਅਟ ਵਰਡ ਵਾਰ ਵਾਰ ਆ ਰਿਹਾ, ਲੋਰੀਅਟ ਦਾ ਮਤਲਬ ਕੀ ਹੁੰਦਾ? ਪੇਪਰ 'ਚ ਪੁੱਛਿਆ ਜਾ ਸਕਦਾ ਲੋਰੀਅਟ, ਤਾਂ ਲੋਰੀਅਟ ਵਰਡ ਸਿਗਨੀਫਾਈ ਦਾ ਲੋਰਲ ਬ੍ਰੈਥ ਅਵਾਰਡ ਟੂ ਦਾ ਵਿਨਰ ਆਫ ਦਾ ਐਥਲੈਟਿਕ ਕੰਪੀਟੀਸ਼ਨ ਐਂਡ ਪੋਇਟਿਕ ਮੀਟ ਆਫ ਦਾ ਏਸ਼ੀਅਨਟ ਗ੍ਰੀਕ। ਇਨ ਗ੍ਰੀਕ ਮੈਥੋਲੋਜੀ, ਗੋਡ ਅਪੋਲੋ ਇਸ ਰਿਪ੍ਰੈਜੈਂਟਡ ਬੀਅਰਿੰਗ ਔਨ ਹਿਸ ਹੈਡ ਅ ਲੋਰਲ ਬਰਥ, ਇਟ ਸਰਕੂਲਰ ਕਰੋਨ ਮੇਡ ਆਫ ਦਾ ਬ੍ਰਾਂਚਿਸ ਆਫ ਲੀਵ ਆਫ ਦਾ ਬੇ ਲੋਰਲ।
ਐਕਚੁਅਲ ਹੈ ਕੀ ਹੈ ਲੋਰੇਟ? ਲੋਰੇਟ ਇੱਕ ਤਰ੍ਹਾਂ ਦਾ ਤੁਸੀਂ ਦੇਖਿਆ ਹੋਣਾ ਫੁੱਲਾਂ ਦਾ ਇੱਕ ਮੁਕਟ ਬਣਾ ਕੇ ਨਾ ਗ੍ਰੀਕ ਪੀਰੀਅਡ ਦੇ ਵਿੱਚ ਗ੍ਰੀਸ ਦੇ ਵਿੱਚ ਉਹਨਾਂ ਦੇ ਸੀਗਾ ਵੀ ਜਿਹੜਾ ਜਿੱਤਣ ਵਾਲਾ ਚਾਹੇ ਉਹ ਐਥਲੈਟਿਕ ਕੰਪੀਟੀਸ਼ਨ ਚਾਹੇ ਪੋਟਿਕ ਕੰਪੀਟੀਸ਼ਨ ਦੇ ਵਿੱਚ ਜਿੱਤਦਾ ਸੀਗਾ ਉਹਨੂੰ ਉਹ ਫੁੱਲਾਂ ਦਾ ਹਾਰ ਬਣਾਉਂਦੇ ਸੀਗੇ। ਉਸ ਤੋਂ ਇਲਾਵਾ ਜਿਹੜਾ ਇਹਨਾਂ ਦਾ ਅਪੋਲੋ ਗੋਡ ਸੀਗਾ ਉਹਨੂੰ ਕਹਿੰਦੇ ਸੀ ਵੀ ਉਹ ਹਮੇਸ਼ਾ ਫੁੱਲਾਂ ਦਾ ਹਾਰ ਪਹਿਨ ਕੇ ਰੱਖਦਾ। ਉੱਥੋਂ ਇਹ ਚੀਜ਼ ਲਈ ਹੋਈ ਹੈ ਵੀ ਲੋਰੀਏਟ ਫੁੱਲਾਂ ਦਾ ਹਾਰ, ਮਤਲਬ ਕਿ ਸਭ ਤੋਂ ਜਿਹੜਾ ਪਹੁੰਚਿਆ ਹੋਇਆ ਬੰਦਾ, ਮਹਾਨ ਬੰਦਾ ਹੈ ਨਾ, ਸਭ ਤੋਂ ਉੱਪਰ ਬੰਦਾ ਉਦਾਂ ਦਾ, ਇਹ ਲੋਰੀਏਟ ਹੈ, ਉਹਨੂੰ ਲੋਰੀਏਟ ਕਹਿ ਰਿਹਾ। ਉੱਥੋਂ ਇਹ ਚੀਜ਼ ਟਰਮੋਲੋਜੀ ਲਈ ਗਈ ਹੈ, ਠੀਕ ਹੈ ਜੀ। ਨੈਕਸਟ ਹੈਗਾ ਜੀ ਜਿਹੜਾ ਹੁਣ ਜਿਹੜਾ ਮੈਡਲ ਹੈ ਇਹ ਕੀ ਹੁੰਦਾ? ਇਹਦੇ ਵਿੱਚ ਜਿਹੜਾ ਹੈਂਡਮੇਡ ਮੈਡਲ ਹੁੰਦਾ ਮੇਡ ਬਿਫੋਰ 1980 ਵਾਸ ਸਟ੍ਰਕ ਇਨ 23rd ਕੈਰਟ ਗੋਲਡ, 23 ਕੈਰਟ ਗੋਲਡ ਨਾਲ ਦਿੱਤਾ ਜਾਂਦਾ ਸੀਗਾ 1980 ਤੋਂ ਪਹਿਲਾਂ। ਉਸ ਤੋਂ ਬਾਅਦ ਕੀ ਹੋਇਆ, 18 ਕੈਰਟ ਦੇ ਗ੍ਰੀਨ ਗੋਲਡ ਦਿੱਤਾ ਜਾਂਦਾ ਪਲੇਟਡ ਵਿਦ 24 ਕੈਰਟ ਗੋਲਡ ਕੋਟਿੰਗ। ਇਹ ਵੀ ਇੰਪੋਰਟੈਂਟ ਹੈ ਜੀ, 1980 ਤੋਂ ਪਹਿਲਾਂ ਇਹ ਕੀ ਸੀਗਾ ਜੀ, 23 ਕੈਰਟ ਗੋਲਡ ਦਿੰਦਾ ਸੀ ਪਿਓਰਲੀ। ਉਸ ਤੋਂ ਬਾਅਦ ਇਹ 18 ਕੈਰਟ ਗ੍ਰੀਨ ਗੋਲਡ ਦੇਣ ਲੱਗ ਗਏ, ਠੀਕ ਹੈ ਜੀ, ਘਟਾਤਾ, ਪਰ ਉਹਦੀ ਕੋਟਿੰਗ ਹੈ 24 ਕੈਰਟ ਦੀ ਕੋਟਿੰਗ ਕਰਤੀ, ਠੀਕ ਹੈ, ਗੋਲਡ ਦੀ। ਇਸ ਤੋਂ ਇਲਾਵਾ ਹੋਰ ਕੀ ਦਿੱਤਾ ਜਾਂਦਾ? ਦੇਖੋ, ਈਚ ਰੈਸੀਪੀਐਂਟ ਆਫ ਲੋਰੀਏਟ ਰਿਸੀਵ ਗੋਲਡ ਮੈਡਲ, ਅ ਡਿਪਲੋਮਾ, ਅ ਸਮ ਆਫ ਮਨੀ ਦੈਟ ਹੈਜ਼ ਬੀਨ ਡਿਸਾਈਡਡ ਬਾਈ ਦਾ ਨੋਬਲ ਫਾਊਂਡੇਸ਼ਨ। ਨੋਬਲ ਫਾਊਂਡੇਸ਼ਨ ਡਿਸਾਈਡ ਕਰਦੀ ਹੈ ਕਿੰਨੇ ਪੈਸੇ ਦੇਣੇ ਆ, ਐਸੀ ਕਿ ਸਾਨੂੰ ਪਤਾ ਹੈ, ਠੀਕ ਹੈ ਜੀ। ਤੇ ਆਵਲੋ ਸਾਨੂੰ ਪਤਾ ਸੀ 1 million ਤੋਂ ਪਲੱਸ ਬਣ ਜਾਂਦੇ ਆ, ਠੀਕ ਹੈ। ਇਹ ਉਹਨੇ US ਡਾਲਰ ਚ ਕੀਮਤ ਦਿੱਤੀ ਹੋਈ ਆ, ਠੀਕ ਹੈ, ਪੌਂਡ ਚ ਦੱਸੀ ਹੋਈ ਆ, ਯੂਰੋ ਚ ਦੱਸੀ ਹੋਈ ਆ, ਤੇ ਇੰਡੀਅਨ ਰੁਪੀਸ ਦੱਸੀ ਹੋਈ ਆ, ਠੀਕ ਹੈ, ਠੀਕ ਹੈ। 7 crore ਸਮਥਿੰਗ ਬਣਦਾ ਕੁਛ, ਇਹ ਦੇਖ ਲਿਓ ਤੁਸੀਂ, ਠੀਕ ਹੈ। ਇਚ ਡਿਪਲੋਮਾ ਯੂਨੀਕ ਵਰਕ ਐਟ ਆਰਟ ਕ੍ਰੀਏਟਡ ਬਾਈ ਫੋਰ ਮੋਸਟ ਸਵੀਡਿਸ਼ ਐਂਡ ਨਾਰਵੇਨ ਆਰਟਿਸਟ ਐਂਡ ਕੈਲੀਗ੍ਰਾਫਰ। ਐਕਚੁਅਲੀ ਕੀ ਹੁੰਦਾ, ਬਹੁਤ ਜਿਹੜੀ ਹੈਂਡਮੇਡ ਚੀਜ਼ਾਂ ਹੁੰਦੀਆਂ, ਜਿਹੜਾ ਈਵਨ ਡਿਪਲੋਮਾ ਦਾ ਪੇਪਰ ਵੀ ਹੁੰਦਾ, ਉਹ ਵੀ ਹੈਂਡਮੇਡ ਡਿਪਲੋਮਾ ਦਾ ਕਾਗਜ਼, ਉਹਦੇ ਉੱਤੇ ਹੈਂਡਮੇਡ ਹੀ ਨਿਕਾਸ਼ੀ ਕਰਕੇ, ਜਾਂ ਤੁਸੀਂ ਕਹਿ ਲਓ ਹੈ ਨਾ, ਆਰਟਿਸਟ ਹੁੰਦੇ ਆ ਜਿਹੜੇ ਉੱਥੇ ਦੇ ਸਵੀਡਿਸ਼ ਜਾਂ ਨਾਰਵੇਨ, ਉਹ ਬਣਾਉਂਦੇ ਆ, ਠੀਕ ਹੈ, ਹੈਂਡਮੇਡ ਆਰਟ ਵਰਕ ਹੁੰਦਾ ਜਿਹੜਾ। ਐਕਚੁਅਲੀ ਕੋਈ ਮਸ਼ੀਨ ਵਰਕ ਨਾਲ ਨਹੀਂ ਬਣਾਇਆ ਜਾਂਦਾ ਇਹਨਾਂ ਦਾ ਕੋਈ ਵੀ ਪ੍ਰੋਡਕਟ, ਚਾਹੇ ਉਹ ਮੈਡਲ ਹੈ ਚਾਹੇ ਉਹ ਡਿਪਲੋਮਾ ਹੈ, ਠੀਕ ਹੈ ਜੀ, ਅਤੇ ਸਾਰਾ ਹੀ ਹੈਂਡਮੇਡ ਹੁੰਦਾ, ਇਹ ਇੰਪੋਰਟੈਂਟ ਹੈ। ਨੈਕਸਟ ਹੈਗਾ ਜੀ, ਮੋਸਟ ਪਾਪੂਲਰ ਨੋਵਲ ਨੋਰੀਅਰ ਸਾਡੇ ਹੁਣ ਤੱਕ ਦੇ ਕਿਹੜੇ ਹੈਗੇ ਆ, ਜਿਹੜੇ ਜਿਹਨਾਂ ਬਾਰੇ ਅਗਰ ਤੁਸੀਂ ਮਤਲਬ ਹੋਰ ਕੋਈ ਭੁੱਲ ਜਾਓ, ਪਰ ਇਹਨਾਂ ਜਿਹੜੇ 5 ਮੈਂ ਦਿੱਤੇ ਇਹਨਾਂ ਬਾਰੇ ਨਹੀਂ ਭੁੱਲਣਾ, ਇਹਨਾਂ ਬਾਰੇ ਕੁਐਸਚਨ ਵੀ ਆ ਸਕਦਾ। ਅਤੇ ਮੋਸਟ ਇੰਪੋਰਟੈਂਟ ਹੈ ਟਿਲ ਟਾਈਮ ਟਿਲ 2017 ਇਹ ਮੋਸਟ ਇੰਪੋਰਟੈਂਟ ਪਰਸਨੈਲਿਟੀਜ਼ ਹੈਗੀਆਂ ਵਰਲਡ ਦੀਆਂ। ਅਤੇ ਉਸ ਤੋਂ ਸਭ ਤੋਂ ਪਹਿਲਾਂ ਹੈਗਾ ਮਾਰਟਿਨ ਲੂਥਰ ਕਿੰਗ, ਜਿਹਨਾਂ ਨੂੰ 1964 ਦੇ ਵਿੱਚ ਪੀਸ ਪ੍ਰਾਈਜ਼ ਮਿਲਿਆ ਸੀਗਾ, ਮਾਰਟਿਨ ਲੂਥਰ ਕਿੰਗ ਜੂਨੀਅਰ, ਠੀਕ ਹੈ ਜੀ, ਇੰਪੋਰਟੈਂਟ ਹੈ। ਦੂਸਰਾ ਹੈਗਾ ਅਲਬਰਟ ਆਇਨਸਟਾਈਨ, ਉਹਨਾਂ ਨੂੰ ਫਿਜਿਕਸ ਦੇ ਵਿੱਚ ਬਣਿਆ ਸੀਗਾ 1921 ਦੇ ਵਿੱਚ। ਉਸ ਤੋਂ ਬਾਅਦ ਹੈਗਾ ਮੈਰੀ ਕਿਊਰੀ, ਫਿਜਿਕਸ ਪ੍ਰਾਈਜ਼ ਮਿਲਿਆ ਸੀਗਾ ਇਹਨਾਂ ਨੂੰ 1903 ਦੇ ਵਿੱਚ, ਠੀਕ ਹੈ ਜੀ, 1903 ਦੇ ਵਿੱਚ ਮਿਲਿਆ ਮੈਰੀ ਕਿਊਰੀ ਨੂੰ, 1921 ਦੇ ਵਿੱਚ ਮਿਲਿਆ ਅਲਬਰਟ ਆਇਨਸਟਾਈਨ ਨੂੰ ਫਿਜਿਕਸ ਦੇ ਵਿੱਚ, ਮਾਰਟਿਨ ਲੂਥਰ ਜੂਨੀਅਰ ਨੂੰ ਮਿਲਿਆ 1964। ਉਸ ਤੋਂ ਇਲਾਵਾ ਰਵਿੰਦਰ ਨਾਥ ਟੈਗੋਰ ਜੀ ਨੂੰ ਮਿਲਿਆ 1913 ਦੇ ਵਿੱਚ, 1913 ਦੇ ਵਿੱਚ ਰਵਿੰਦਰ ਨਾਥ ਟੈਗੋਰ ਜੀ ਨੂੰ ਲਿਟਰੇਚਰ ਦੇ ਵਿੱਚ ਮਿਲਿਆ, ਠੀਕ ਹੈ ਜੀ, ਇਹਨਾਂ ਦੀ ਬੁੱਕ ਸੀਗੀ ਗੀਤਾਂਜਲੀ, ਠੀਕ ਹੈ ਜੀ। ਨੀਲ ਬੋਰ ਨੂੰ ਮਿਲਿਆ ਫਿਜਿਕਸ ਦੇ ਵਿੱਚ 1922 ਦੇ ਵਿੱਚ। ਇਹ ਪੰਜੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ, ਇਹਨਾਂ ਨੂੰ ਦੇਖ ਲਿਓ। ਨੈਕਸਟ ਹੈਗਾ ਜੀ ਵੈਨ, ਕਦੋਂ ਦਿੱਤਾ ਜਾਂਦਾ ਪ੍ਰਾਈਜ਼ ਸੈਰੇਮਨੀ ਟੇਕ ਪਲੇਸ ਐਨੂਅਲੀ, ਹਰ ਸਾਲ ਹੁੰਦੀ ਹੈ ਜੀ, ਕਦੋਂ ਹੁੰਦੀ ਹੈ? ਦੇਖੋ, ਦਸੰਬਰ ਦੇ ਵਿੱਚ, 10 December ਨੂੰ ਇਹ ਦਿੱਤਾ ਜਾਂਦਾ। ਵੇਅਰ ਸਕੋਟਹੋਮ, ਸਾਨੂੰ ਪਤਾ ਜੀ ਸਵੀਡਨ ਸਕੋਟਹੋਮ ਦੇ ਵਿੱਚ ਦਿੱਤਾ ਜਾਂਦਾ, ਪਰ ਇੱਥੇ ਵੀ ਸਾਰੇ ਨਹੀਂ ਦਿੱਤੇ ਜਾਂਦੇ। ਉਹਨਾਂ ਵਿੱਚ ਸਾਨੂੰ ਪਤਾ ਹੈ ਜਿਹੜਾ ਪੀਸ ਪ੍ਰਾਈਜ਼ ਆ ਓਸਲੋ ਨਾਰਵੇ 'ਚ ਦਿੱਤਾ ਜਾਂਦਾ, ਠੀਕ ਹੈ ਜੀ, ਪੀਸ ਪ੍ਰਾਈਜ਼ ਹੈ, ਠੀਕ ਹੈ। ਬਾਕੀ ਦੇ ਜਿਹੜੇ ਪੰਜੋ ਆ ਉਹ ਸਕੋਟਹੋਮ ਸਵੀਡਨ ਦੇ ਵਿੱਚ ਦਿੰਦੇ ਨੇ। ਇਟ ਇਨਕਲੂਡ, ਸਾਨੂੰ ਪਤਾ ਕੀ ਹੈ, ਡਿਪਲੋਮਾ, ਗੋਲਡ ਮੈਡਲ, ਸਮ ਆਫ ਮਨੀ, ਇਹ ਸਾਨੂੰ ਪਤਾ ਲੱਗ ਗਿਆ, ਦੇਖ ਲਿਓ ਤੁਸੀਂ, ਹੈ ਨਾ। ਨੈਕਸਟ ਹੈਗਾ ਜੀ ਈਅਰ ਵਿਦਆਊਟ ਨੋਬਲ ਪ੍ਰਾਈਜ਼, ਕਿਹੜੇ ਸਾਲਾਂ ਵਿੱਚ ਮਤਲਬ ਕਿ ਜਿਹੜਾ ਨੋਬਲ ਪ੍ਰਾਈਜ਼ ਨਹੀਂ ਦਿੱਤਾ ਗਿਆ? 49 ਟਾਈਮ ਹੋਇਆ ਵੀ ਨੋਬਲ ਪ੍ਰਾਈਜ਼ ਦਿੱਤਾ ਹੀ ਨਹੀਂ ਗਿਆ ਕਿਸੇ ਨੂੰ, ਠੀਕ ਹੈ ਜੀ। ਤਾਂ ਇਹਨਾਂ ਵਿੱਚ ਸਭ ਤੋਂ ਇੰਪੋਰਟੈਂਟ ਰਿਹਾ ਵਰਲਡ ਵਾਰ 1, ਠੀਕ ਹੈ, 1940 ਤੋਂ 1918 ਤੱਕ, ਅਤੇ ਵਰਲਡ ਵਾਰ 2, 1939 ਤੋਂ 1945 ਦਾ, 1939 ਤੋਂ ਲੈ ਕੇ 1945 ਤੱਕ, 1914 ਤੋਂ ਲੈ ਕੇ 1918 ਤੱਕ ਨੋਬਲ ਪ੍ਰਾਈਜ਼ ਨਹੀਂ ਦਿੱਤਾ ਗਿਆ। ਉਸ ਤੋਂ ਇਲਾਵਾ ਵੀ ਕੁਛ ਹੈਗੇ ਆ, ਪਰ ਉਹ ਇੰਪੋਰਟੈਂਟ ਨਹੀਂ ਹੈਗੇ, ਇੰਪੋਰਟੈਂਟ ਇਹੀ ਹੈ 49 ਟਾਈਮ ਨਹੀਂ ਦਿੱਤਾ ਗਿਆ, ਠੀਕ ਹੈ ਜੀ। ਜਿਹੜੇ 585 ਨੋਬਲ ਪ੍ਰਾਈਜ਼ ਆ, ਠੀਕ ਹੈ, 1901 ਤੋਂ ਲੈ ਕੇ 2017 ਤੱਕ 585 ਨੋਬਲ ਪ੍ਰਾਈਜ਼ ਹੁਣ ਤੱਕ ਦਿੱਤੇ ਜਾ ਚੁੱਕੇ ਹੈ, ਠੀਕ ਹੈ ਜੀ, ਇੰਪੋਰਟੈਂਟ ਹੈ। 923 ਨੋਬਲ ਲੋਰੀਅਟਸ ਆ, ਨੋਬਲ ਲੋਰੀਅਟਸ ਪਹਿਲਾਂ ਵੀ ਦੱਸ ਕੇ, 923 ਨੋਬਲ ਲੋਰੀਅਟਸ ਆ ਹੁਣ ਤੱਕ, ਠੀਕ ਹੈ ਜੀ, 1901 ਤੋਂ ਲੈ ਕੇ 2017 ਤੱਕ। ਫਸਟ ਵੂਮਨ ਕਿਹੜੀ ਸੀਗੀ ਜਿਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ? ਮੈਰੀ ਕਿਊਰੀ, ਇੰਪੋਰਟੈਂਟ ਹੈ ਜੀ, ਸਾਨੂੰ ਪਤਾ ਹੈ। ਯੰਗਸਟ ਨੋਬਲ ਪ੍ਰਾਈਜ਼ ਸਭ ਤੋਂ ਪਹਿਲਾਂ ਸਾਨੂੰ ਪਤਾ ਯੂਸਫ ਮਿਨਾਲਾਨ 2014 ਦੇ ਵਿੱਚ, ਠੀਕ ਹੈ ਜੀ, 17 ਸਾਲ ਦੇ ਨੂੰ, ਠੀਕ ਹੈ, ਕੈਟੇਗਰੀ ਪੀਸ ਦੇ ਵਿੱਚ,
ਠੀਕ ਹੈ, ਡੇਟ ਆਫ ਬਰਥ ਇੰਨਾ ਕੁ ਇੰਪੋਰਟੈਂਟ ਨਹੀਂ, ਸਾਨੂੰ ਇੰਨਾ ਯਾਦ ਰੱਖਣਾ ਪੈਣਾ ਵੀ ਉਹਨਾਂ ਦੀ ਕਿੰਨੀ ਏਜ ਦੇ ਵਿੱਚ ਮਿਲ ਗਿਆ, 17 ਸਾਲ ਦੇ ਵਿੱਚ। ਉਸ ਤੋਂ ਬਾਅਦ ਐਕਚੁਅਲੀ ਇਹਨਾਂ ਨੇ ਰਿਕਾਰਡ ਕਿਸਦਾ ਤੋੜਿਆ, ਪਹਿਲਾਂ 25th ਦੇ ਵਿੱਚ ਲਾਰੈਂਸ ਬ੍ਰੈਗ ਨੂੰ ਮਿਲਿਆ ਸੀਗਾ ਫਿਜਿਕਸ ਦੇ ਵਿੱਚ 1915 ਦੇ ਵਿੱਚ, ਠੀਕ ਹੈ, ਅਤੇ ਉਹਨਾਂ ਦਾ ਰਿਕਾਰਡ ਇਹਨਾਂ ਨੇ ਤੋੜਿਆ ਹੈਗਾ ਮਲਾਲਾ ਯੂਸ, ਠੀਕ ਹੈ ਜੀ, ਇੰਪੋਰਟੈਂਟ ਹੈ, ਵੈਰੀ ਇੰਪੋਰਟੈਂਟ ਹੈ, ਯਾਦ ਕਰ ਲੈਣਾ ਤੁਸੀਂ ਨੇ। ਯੰਗਸਟ ਨੋਬਲ ਨੋਰੀਅਰਸ ਹੁਣ ਤੱਕ ਦੇ ਕਿਹੜੇ ਹੋਏ ਆ, ਫਿਜਿਕਸ 'ਚ ਕੌਣ ਕੌਣ ਹੋਇਆ, ਵਿਲੀਅਮ ਲਾਰੈਂਸ ਬ੍ਰੈਗ, ਠੀਕ ਹੈ ਜੀ, ਹੁਣ ਦੇਖ ਕੇ ਹਟੇ ਹਾਂ, ਠੀਕ ਹੈ, 1915 ਦੇ ਵਿੱਚ 25 ਸਾਲ ਦੇ ਵਿੱਚ, ਕੈਮਿਸਟਰੀ ਵਿੱਚ ਫ੍ਰੈਡਰਿਕ ਜੋਲੇਟ ਹੋਇਆ, ਠੀਕ ਹੈ ਜੀ, ਠੀਕ ਹੈ, ਅਤੇ ਮੈਡੀਸਨ ਦੇ ਵਿੱਚ ਬੈਂਟਿੰਗ ਹੋਇਆ, ਲਿਟਰੇਚਰ ਦੇ ਵਿੱਚ ਹੋਇਆ ਕਿਪਲਿੰਗ, ਠੀਕ ਹੈ, 1907 ਦੇ ਵਿੱਚ 41 ਸਾਲ ਦੀ ਉਮਰ ਦੇ ਵਿੱਚ, ਪੀਸ ਦੇ ਵਿੱਚ ਹੋਇਆ ਮਲਾਲਾ ਯੂਸ 2014 ਵਿੱਚ 17 ਸਾਲ ਦੀ ਉਮਰ, ਇਕਨੋਮਿਕ ਸਾਇੰਸ ਦੇ ਵਿੱਚ, ਠੀਕ ਹੈ, ਐਰੋ ਦੇ ਵਿੱਚ ਹੁਣ ਮਿਲਿਆ 1972 ਦੇ ਵਿੱਚ। ਓਲਡੈਸਟ ਨੋਬਲ ਨੋਰੀਅਸ ਕੌਣ ਸੀਗੇ, ਉਹ ਹੈਗਾ ਸੀ ਲਿਓਨਿਡ ਹਰਵਿਕਸ, ਹਰਵਿਕਸ ਕੌਣ ਸੀਗੇ, ਇਕਨੋਮਿਕਸਿਸਟ ਸੀਗੇ, ਇਕਨੋਮਿਸਟ ਸੀਗੇ, ਇਕਨੋਮਿਕਸ ਦੇ ਵਿੱਚ, ਸਾਇੰਸ ਦੇ ਵਿੱਚ ਇਹਨਾਂ ਨੂੰ ਮਿਲਿਆ 2007 ਦੇ ਵਿੱਚ, ਠੀਕ ਹੈ ਜੀ, 90 ਸਾਲ ਦੀ ਉਮਰ ਦੇ ਵਿੱਚ। ਨੈਕਸਟ ਹੈਗਾ ਜੀ ਸਾਡੇ ਕੋਲ 1909 ਸੇਲਮਾ ਲੈਗਲੋਫ, ਲੈਗਲੋਫ ਕੀ ਸੀਗਾ, ਇਹ ਫਸਟ ਲਿਟਰੇਚਰ ਦੇ ਵਿੱਚ ਕਿਹੜੀ ਵੂਮਨ ਨੂੰ ਮਿਲਿਆ ਸੀਗਾ, ਇੰਪੋਰਟੈਂਟ ਹੈ ਜੀ, ਸੇਲਮਾ ਲੈਗਲੋਫ ਨੂੰ ਮਿਲਿਆ ਸੀਗਾ, ਇਹਨਾਂ ਦਾ ਬੁੱਕ ਸੀਗੀ, ਇਹਨਾਂ ਦਾ ਵਰਕ ਸੀਗਾ ਯਰੂਸ਼ਲਮ, ਉਹਦੇ 'ਤੇ ਮੂਵੀ ਬਣੀ ਹੈ 1996 ਦੇ ਵਿੱਚ, ਬਹੁਤ ਅੱਛੀ ਮੂਵੀ ਹੈ, ਉਹ ਦੇਖ ਲਿਓ ਤੁਸੀਂ ਅਗਰ ਦੇਖਣੀ ਹੈ ਯਰੂਸ਼ਲਮ, ਠੀਕ ਹੈ ਜੀ, ਅਤੇ 1909 ਦੇ ਵਿੱਚ ਸੇਲਮਾ ਲੈਗਲੋਫ ਨੂੰ ਮਿਲਿਆ ਸੀਗਾ ਜੀ, ਕਾਹਦੇ ਵਿੱਚ, ਲਿਟਰੇਚਰ ਦੇ ਵਿੱਚ ਫਸਟ ਵੂਮੈਨ ਹੈ ਜਿਹੜੀ ਇਹਨਾਂ ਨੂੰ ਮਿਲਿਆ ਸੀ। 1906 ਬੋਂਬੇ, ਨਾਓ ਇਨ ਮੁੰਬਈ, ਬੋਰਨ ਬ੍ਰਿਟਿਸ਼ ਔਥਰ ਰੁਡਯਾਰਡ ਕਿਪਲਿੰਗ has announced as a winner of Nobel Prize in Literature. Kipling then aged 42 years old sige, bas youngest jede sige ji recipient jinna nu literature de vich award milya, theek hai ji, us time British raj siga te 1907 di gall hai, theek hai ji, yaad rakhna hai, theek hai ji, British author si. Is to baad hai ga ji Great Split, ਦਾ ਗ੍ਰੇਟ ਸਪਲਿਟ ਕੀ ਹੈ ਜੀ, ਉਹਦੇ ਵਿੱਚ ਦੇਖੋ ਦੋ ਮਲਾਲਾ ਯੂਸਫ ਅਤੇ ਕਲਾਸ ਹਥਿਆਰਤੀ ਇੰਡੀਆ ਦੇ, ਮਲਾਲਾ ਯੂਸਫ ਜੀ ਪਾਕਿਸਤਾਨ ਦੇ, ਇਹਨਾਂ ਨੂੰ ਇਕੱਠਿਆਂ ਨੂੰ 2014 ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਪੀਸ ਦੇ ਵਿੱਚ, ਠੀਕ ਹੈ ਜੀ, ਦੇਅਰ ਵਰਕ ਅਗੇਂਸਟ ਸਪਰੈਸ਼ਨ ਆਫ ਚਿਲਡਰਨ ਐਂਡ ਦਾ ਬੇਸਿਕ ਹਿਊਮਨ ਰਾਈਟਸ, ਠੀਕ ਹੈ ਜੀ, ਚਿਲਡਰਨ ਦੇ ਲਈ ਵਰਕ ਕਰਨ ਲਈ ਇਹਨਾਂ ਨੂੰ ਦਿੱਤਾ ਗਿਆ ਪੀਸ ਪ੍ਰਾਈਜ਼ ਮਲਾਲਾ ਯੂਸਫ ਨੂੰ, ਅਤੇ ਇਹਨੂੰ ਗ੍ਰੇਟ ਸਪਲਿਟ ਵੀ ਕਿਹਾ ਜਾਂਦਾ, ਠੀਕ ਹੈ ਜੀ। ਮਲਾਲਾ ਕੇਮ ਇਨ ਟੂ ਦਾ ਲਾਈਮਲਾਈਟ ਆਫਟਰ ਸ਼ੀ ਵਾਜ਼ ਸ਼ੂਟ ਇਨ ਦਾ ਫੇਸ ਬਾਏ ਦਾ ਤਾਲਿਬਾਨ ਇਨ 2012 ਦੇ ਵਿੱਚ, ਤਾਲਿਬਾਨ ਨੇ ਵੱਲੋਂ ਮਲਾਲਾ ਯੂਸਫ ਦੇ ਉੱਤੇ ਗੋਲੀ ਚਲਾਈ ਗਈ ਸੀਗੀ ਵੀ ਉਹ ਸਕੂਲ ਪੜ੍ਹਨ ਕਿਉਂ ਜਾਂਦੀ ਹੈ, ਹਨਾ, ਤਾਂ ਇੱਦਾਂ ਹੋਰ ਬੱਚਿਆਂ ਦੇ ਵਿੱਚ ਚਲਾਈ ਸੀਗੀ, ਉਸ ਤੋਂ ਬਾਅਦ ਫੇਮਸ ਹੋਏ ਸੀਗੇ, ਠੀਕ ਹੈ। ਪੋਸਟਮਸ ਅਵਾਰਡ, ਪੋਸਟਮਸ ਮਤਲਬ ਕਿ ਮਰਨ ਤੋਂ ਬਾਅਦ ਕਿਆ ਇਹ ਅਵਾਰਡ ਦਿੱਤਾ ਜਾਂਦਾ, ਨਹੀਂ ਜੀ, ਮਰਨ ਤੋਂ ਬਾਅਦ ਇਹ ਕੋਈ ਅਵਾਰਡ ਜਿਹੜਾ ਨੋਬਲ ਪ੍ਰਾਈਜ਼ ਨਹੀਂ ਦਿੱਤਾ ਜਾਂਦਾ, ਯਾਦ ਰੱਖਣਾ ਜੀ, ਮਰਨ ਤੋਂ ਬਾਅਦ ਕਿਸੇ ਨੂੰ ਵੀ ਨੋਬਲ ਪ੍ਰਾਈਜ਼ ਨਹੀਂ ਦਿੱਤਾ ਜਾਂਦਾ, ਜਿਉਂਦੇ ਬੰਦੇ ਨੂੰ ਹੀ ਨੋਬਲ ਪ੍ਰਾਈਜ਼ ਦਿੱਤਾ ਜਾਂਦਾ। ਨੋਮੀਨੇਸ਼ਨ ਫੋਰ ਦਾ ਪ੍ਰਾਈਜ਼ ਕੈਨ ਬੀ ਓਨਲੀ ਮੇਡ ਬਾਏ ਦਾ ਲਿਵਿੰਗ ਪਰਸਨ, ਹਾਊਐਵਰ ਇਟ ਇਜ਼ ਪਰਸਨ ਡਾਈ ਆਫਟਰ ਦਾ ਨੋਮੀਨੇਸ਼ਨ ਦੈਨ ਕੈਨ ਸਟਿਲ ਗੈਟ ਅਵਾਰਡ, ਮਤਲਬ ਕਿ ਪਹਿਲਾਂ ਨੋਮੀਨੇਟ ਹੋ ਜਾਵੇ, ਉਸ ਤੋਂ ਬਾਅਦ ਉਹ ਮਰ ਜਾਵੇ, ਫਿਰ ਉਹਨੂੰ ਮਿੱਤਾ ਜਾ ਸਕਦਾ, ਠੀਕ ਹੈ ਜੀ। ਤਾਂ ਇੱਦਾਂ ਦਾ ਇੱਕ ਕੇਸ ਹੋਇਆ ਸੀਗਾ ਜੀ, ਸੀਗਾ ਡੈਗ ਹੈਮ ਸਕੋਟਲ, ਸੈਕਟਰੀ ਜਨਰਲ ਸੀਗਾ ਯੂਨਾਈਟਡ ਨੇਸ਼ਨ ਦੇ, ਜਿਹੜੇ ਉਹਨਾਂ ਨੂੰ ਮਿਲਿਆ ਸੀਗਾ ਜੀ, ਠੀਕ ਹੈ ਜੀ, ਪਲੇਨ ਕ੍ਰੈਸ਼ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ ਸੀਗੀ ਨੋਮੀਨੇਸ਼ਨ ਤੋਂ ਬਾਅਦ, ਬਟ ਉਹਨਾਂ ਨੂੰ ਦਿੱਤਾ ਗਿਆ ਸੀ ਅਵਾਰਡ ਬਾਅਦ ਵਿੱਚ, ਠੀਕ ਹੈ, 1961 ਦੇ ਵਿੱਚ ਇੱਦਾਂ ਦਾ ਕੇਸ ਹੋ ਚੁੱਕਿਆ ਹੈ, ਠੀਕ ਹੈ। ਐਨੀ ਵਨ ਕੈਨ ਬੀ ਨੋਮੀਨੇਟਡ, ਕੋਈ ਵੀ ਨੋਮੀਨੇਟਡ ਹੋ ਸਕਦਾ ਹੈ, ਮਤਲਬ ਉਹਨੂੰ ਮਤਲਬ ਪਹਿਲਾਂ ਤੋਂ ਆਪਣੇ ਆਪ ਨੂੰ ਕੋਈ ਨੋਮੀਨੇਟ ਨਹੀਂ ਕਰ ਸਕਦਾ, ਦੂਸਰੇ ਕੋਈ ਆਰਗਨਾਈਜੇਸ਼ਨ ਕਰੂਗੀ ਜਾਂ ਕੋਈ ਹੋਰ ਗਰੁੱਪ ਆਫ ਪੀਪਲ ਕਰ ਸਕਦਾ ਹੈ ਨਾ, ਪਰ ਆਪਣੇ ਆਪ ਨੂੰ ਕੋਈ ਨਹੀਂ ਕਰ ਸਕਦਾ, ਪਰ ਕੋਈ ਵੀ ਹੋ ਸਕਦਾ, ਐਨੀ ਵਨ ਕੈਨ ਬੀ ਨੋਮੀਨੇਟਡ ਫਰੋਮ ਦਾ ਨੋਬਲ ਪ੍ਰਾਈਜ਼ ਪ੍ਰੋਵਾਈਡਡ ਬਾਏ ਦੇਅਰ ਅਲਾਈਵ, ਠੀਕ ਹੈ, ਪ੍ਰੋਵਾਈਡ ਬਾਏ ਦੇਅਰ ਅਲਾਈਵ, ਜਿੰਦਾ ਹੋਣਾ ਚਾਹੀਦਾ। ਅਡੋਲਫ ਹਿਟਲਰ ਵੀ ਹੋ ਚੁੱਕਿਆ ਨੋਮੀਨੇਟਡ, ਪਰ ਉਹਨਾਂ ਨੂੰ ਦਿੱਤਾ ਨਹੀਂ ਗਿਆ ਸੀਗਾ, ਹੈ ਨਾ, ਸਟੈਲਿਨ ਵੀ ਹੋ ਸਕਿਆ, ਬੇਂਟੋ ਮਸੂਲਿਨੀ ਵੀ ਹੋ ਚੁੱਕੇ ਹੈ, ਦੇਖੋ ਇਹ ਜਿਹੜੇ ਤਾਨਾ ਸ਼ਾਹ, ਇਹਨਾਂ ਨੂੰ ਇਹ ਵੀ ਨੋਮੀਨੇਟਡ ਹੋ ਚੁੱਕੇ ਹੈ, ਕੋਈ ਵੀ ਹੋ ਸਕਦਾ ਇਹਦਾ ਮਤਲਬ, ਠੀਕ ਹੈ, ਠੀਕ ਹੈ। ਜੂਸ ਜਿਹੜੇ ਹੈਗੇ ਆ, ਜੂਸ ਜਿਹੜੇ ਯਰੂਸ਼ਲਮ ਦੇ ਵਿੱਚ ਰਹਿੰਦੇ ਨੇ, ਹੈ ਨਾ, ਇਜ਼ਰਾਈਲ ਦੇ ਵਿੱਚ, ਅਤੇ ਉਹਨਾਂ ਦੀ ਜਿਹੜੀ ਕਮਿਊਨਿਟੀ ਹੈ, ਉਹਨਾਂ ਦੇ ਕੋਲ 20% ਆਫ ਦਾ ਨੋਬਲ ਜਿਹੜੇ ਪ੍ਰਾਈਜ਼ ਲੋਰੀਅਟਸ ਆ, ਉਹ ਜੂਸ ਕਮਿਊਨਿਟੀ ਨੂੰ ਬਿਲੋਂਗ ਕਰਦੇ ਆ ਵਰਲਡ ਦੇ ਟੋਟਲ 'ਚੋਂ, ਅਗਰ ਤੁਸੀਂ ਦੇਖੀਏ, ਠੀਕ ਹੈ, ਇਹ ਵੀ ਇੱਕ ਫੈਕਟ ਹੈਗਾ, ਠੀਕ ਹੈ। ਜਦਕਿ ਉਹਨਾਂ ਦੀ 0.2% ਆਫ ਵਰਲਡ ਪਾਪੂਲੇਸ਼ਨ ਆ, ਉਹ ਬਹੁਤ ਘੱਟ ਲੋਕ ਹੈ, 1% ਵੀ ਨਹੀਂ ਹੈਗੇ ਦੁਨੀਆ ਦੇ ਪੂਰੀ ਪਾਪੂਲੇਸ਼ਨ ਦੇ, ਪਰ ਉਹਨਾਂ 20% ਜਿਹੜੇ ਨੋਬਲ ਪ੍ਰਾਈਜ਼ ਆ ਉਹ ਉਹਨਾਂ ਕੋਲ ਦੇਖ ਲਓ, ਠੀਕ ਹੈ। ਮੋਰ ਦੈਨ 3 ਪੀਪਲ ਕੈਨ ਕਾਂਟ ਸ਼ੇਅਰ ਅ ਨੋਬਲ ਪ੍ਰਾਈਜ਼, ਇਹ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ 3 ਬੰਦਿਆਂ ਤੋਂ ਵੱਧ ਜਿਹੜਾ ਸ਼ੇਅਰ ਨਹੀਂ ਕੀਤਾ ਜਾਂਦਾ ਨੋਬਲ ਪ੍ਰਾਈਜ਼ ਦਾ, ਠੀਕ ਹੈ ਜੀ। ਉਸ ਤੋਂ ਬਾਅਦ ਮੈਰੀ ਕਿਊਰੀ ਹੈ ਅਤੇ ਉਹਨਾਂ ਦੇ ਹਸਬੈਂਡ ਪੈਰੀ ਕਿਊਰੀ, ਹੈ ਨਾ, ਕੰਪਰੋਮਾਈਜ਼ ਵੈਰੀ ਸਕਸੈਸਫੁਲ ਨੋਬਲ ਫੈਮਿਲੀ ਰਹੀ ਆ, ਉਹਨਾਂ ਦੇ ਆਪਸ 'ਚ ਵੀ ਰਹੀ ਆ, ਉਹਨਾਂ ਦੀ ਫਿਰ ਬੇਟੀ ਨੂੰ ਵੀ ਮਿਲਿਆ, ਠੀਕ ਹੈ, ਉਹਨਾਂ ਦੇ ਫਿਰ ਜਵਾਈ ਨੂੰ ਵੀ ਇਹ ਅਵਾਰਡ ਮਿਲਿਆ, ਠੀਕ ਹੈ। ਉਹਨਾਂ ਦੀ ਫੈਮਿਲੀ ਆ, ਦੇਖ ਲਿਓ, ਇੰਪੋਰਟੈਂਟ ਹੈ, ਠੀਕ ਹੈ, ਕਿਹਨੂੰ ਕਿਹਨੂੰ ਮਿਲਿਆ ਇੱਕ ਵਾਰ ਪੜ੍ਹ ਲਿਓ ਤੁਸੀਂ।
ਇਹ ਵੀ ਤੁਸੀਂ ਦੇਖ ਲੈਣਾ ਹੈ ਵੀ ਕਿਹਨਾਂ ਕਿਹਨਾਂ ਨੂੰ ਇੱਕ ਤੋਂ ਵੱਧ ਵਾਰ ਨੋਬਲ ਪ੍ਰਾਈਜ਼ ਮਿਲਿਆ। ਜਿਸ ਤਰ੍ਹਾਂ ਮੈਰੀ ਕਿਊਰੀ ਨੂੰ ਮਿਲਿਆ, ਲੂਇਸ ਪੌਲਿੰਗ ਨੂੰ ਮਿਲਿਆ, ਠੀਕ ਹੈ, ਬਾਰਡਿਨ ਨੂੰ ਮਿਲਿਆ, ਸੈਂਗਰ ਨੂੰ ਮਿਲਿਆ, ਠੀਕ ਹੈ, ਇਹ ਦੇਖ ਲੈਣਾ ਹੈ ਨਾ। ਜਿਹੜੀ ਰੈੱਡ ਕਰੋਸ ਉਹਨੂੰ 3 ਵਾਰ ਮਿਲ ਚੁੱਕਿਆ, ਮੈਰੀ ਕਿਊਰੀ ਨੂੰ 2 ਵਾਰ ਮਿਲਿਆ ਹੈ ਨਾ, ਲੂਇਸ ਇਹਨਾਂ ਨੂੰ ਵੀ 2 ਵਾਰ ਮਿਲਿਆ, ਅਤੇ ਜੌਨ ਬੈਲਟਨ ਨੂੰ ਵੀ ਠੀਕ ਹੈ ਮਿਲ ਚੁੱਕਿਆ 2 ਵਾਰ, ਠੀਕ ਹੈ, ਇਹਨਾਂ ਨੂੰ ਪਹਿਲਾਂ ਫਿਜਿਕਸ 'ਚ ਮਿਲਿਆ, 2 ਵਾਰ ਫਿਜਿਕਸ ਮਿਲ ਚੁੱਕਿਆ, ਠੀਕ ਹੈ, ਅਤੇ ਇੱਦਾਂ ਇਹ ਯਾਦ ਕਰ ਲੈਣਾ, ਇੱਕ ਵਾਰ ਦੇਖ ਲੈਣੇ ਆ, ਠੀਕ ਹੈ। ਯੂਨਾਈਟਿਡ ਨੇਸ਼ਨ ਹਾਈ ਕਮਿਸ਼ਨ ਫੋਰ ਰਿਫਿਊਜੀ ਇਹਨਾਂ ਨੂੰ 2 ਵਾਰ ਮਿਲ ਚੁੱਕਿਆ, ਕਦੋਂ ਕਦੋਂ ਮਿਲਿਆ, ਇੱਕ ਵਾਰ ਤੁਸੀਂ ਇੱਕ ਵਾਰ ਨਿਗਾਹ ਮਾਰ ਲਏ, ਇੰਪੋਰਟੈਂਟ ਹੈ ਇੰਕੁਆਇਰੀ, ਠੀਕ ਹੈ, ਬਹੁਤ ਜ਼ਿਆਦਾ ਇੰਪੋਰਟੈਂਟ ਨੇ। ਉਸ ਤੋਂ ਬਾਅਦ ਕੁਛ ਆ ਫੈਮਿਲੀ ਡਿਟੇਲ, ਤੀ ਇੰਨੀ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ, ਅਗਰ ਤੁਸੀਂ ਜਾਣਨਾ ਚਾਹੋ ਤਾਂ ਦੇਖ ਲਿਓ ਇੱਕ ਵਾਰ, ਹੈ ਨਾ। ਸਮ ਫੈਮਿਲੀ ਹੈ ਰਿਸੀਵ ਮਲਟੀਪਲ ਲੋਰੀਅਟਸ, ਹੈ ਨਾ, ਆਹ ਕੋਈ ਚਾਰਟ ਦਿੱਤਾ, ਮੈਰਿਡ ਕਪਲ ਕੌਣ ਸੀਗੇ, ਮਦਰ ਡਾਟਰ ਰਿਲੇਸ਼ਨ ਦੇ ਵਿੱਚ ਕਿੰਨਾ ਕਿੰਨਾ ਦਿੱਤੇ ਆ, ਫਾਦਰ ਸਨ ਦੇ ਰਿਲੇਸ਼ਨ ਵਿੱਚ ਕਿੰਨਾ ਕਿੰਨਾ ਦਿੱਤਾ, ਬ੍ਰਦਰ ਰਿਲੇਸ਼ਨ ਵਿੱਚ, ਇੰਨਾ ਜ਼ਿਆਦਾ ਇੰਪੋਰਟੈਂਟ ਨਹੀਂ, ਬਟ ਇਸ ਤੋਂ ਜ਼ਿਆਦਾ ਜਿਹੜੇ ਪਹਿਲਾਂ ਆਪਾਂ ਕੀਤੇ ਹਾਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਇੱਕ ਤਾਂ ਇਹ ਜਿਹੜੇ ਸਲਾਈਡ ਸੀਗੀ, ਹੈ ਨਾ, ਸਾਨੂੰ ਪਤਾ ਹੋਣਾ ਚਾਹੀਦਾ 3 ਤੋਂ ਜ਼ਿਆਦਾ ਬੰਦਿਆਂ ਨੂੰ ਨਹੀਂ ਦਿੱਤਾ ਜਾਂਦਾ, ਠੀਕ ਹੈ, ਅਤੇ ਕੋਈ ਵੀ ਨੋਮੀਨੇਟ ਹੋ ਸਕਦਾ, ਹੈ ਨਾ, ਉਸ ਤੋਂ ਬਾਅਦ ਮਰਨ ਤੋਂ ਬਾਅਦ ਨਹੀਂ ਦਿੱਤਾ ਜਾਂਦਾ, ਠੀਕ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ। ਗ੍ਰੇਟ ਸਪਲਿਟ ਕਿਹਨੂੰ ਕਿਹਾ ਜਾਂਦਾ, ਮਲਾਲਾ ਯੂਸਫ ਕਲਾਸ ਹਥਿਆਰਤੀ ਵਾਲਾ, ਠੀਕ ਹੈ ਜੀ, 2014 ਵਿੱਚ ਮਿਲਿਆ ਸੀਗਾ ਇਹਨਾਂ ਨੂੰ, ਹੈ ਨਾ। ਯੰਗੈਸਟ ਜਿਹੜਾ ਲਿਟਰੇਚਰ ਦੇ ਵਿੱਚ ਅਵਾਰਡ ਕਿਹਨੂੰ ਮਿਲਿਆ, ਕਿਪਲਿੰਗ ਨੂੰ ਮਿਲਿਆ ਸੀਗਾ, ਠੀਕ ਹੈ, ਅਤੇ ਰਵਿੰਦਰ ਟੈਗੋਰ, ਰਵਿੰਦਰਨਾਥ ਟੈਗੋਰ ਜੀ ਸੀਗੇ, ਨੋਨ ਵਾਈਟ, ਪਹਿਲੇ ਨੋਨ ਯੂਰੋਪੀਅਨ, ਠੀਕ ਹੈ ਸੀਗੇ, ਠੀਕ ਹੈ, ਅਤੇ ਜਿਹੜਾ ਸੇਲਮਾ ਨੂੰ ਮਿਲਿਆ ਸੀ, ਪਹਿਲੀ ਵੋਮਨ ਜਿਹੜੀ ਲਿਟਰੇਚਰ ਦੇ ਵਿੱਚ ਇਹਨਾਂ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀਗਾ। ਉਸ ਤੋਂ ਇਲਾਵਾ ਸਾਨੂੰ ਪਤਾ ਲੱਗ ਗਿਆ ਵੀ ਯੰਗੈਸਟ ਨੋਬਲ ਲੋਰੀਅਟ ਸਾਡੇ ਕਿਹੜੇ ਕਿਹੜੇ ਆ, ਇਕੱਲੇ ਇਕੱਲੇ ਕੈਟੇਗਰੀ 'ਚ ਅਸੀਂ ਦੇਖ ਲਿਆ, ਫਿਜਿਕਸ, ਕੈਮਿਸਟਰੀ, ਹੈ ਨਾ, ਮੈਡੀਸਨ, ਲਿਟਰੇਚਰ, ਪੀਸ, ਹੈ ਨਾ, ਅਤੇ ਇਕਨੋਮਿਕਸ ਦੇ ਵਿੱਚ ਦੇਖ ਲਿਆ, ਠੀਕ ਹੈ। ਉਸ ਤੋਂ ਬਾਅਦ ਅਸੀਂ ਦੇਖ ਲਿਆ ਵੀ ਓਲਡੈਸਟ ਵਨ ਕੌਣ ਸੀਗਾ, ਅਤੇ ਉਸ ਤੋਂ ਬਾਅਦ ਅਸੀਂ ਇਹ ਵੀ ਦੇਖ ਲਿਆ ਵੀ ਹੁਣ ਦੇ ਯੰਗੈਸਟ ਨੋਬਲ ਲੋਰੀਅਟ ਕੌਣ ਹੈ, ਹੈ ਨਾ, ਮਲਾਲਾ ਯੂਸਫ ਅਤੇ ਲਾਰੈਂਸ ਬਰਗ ਦਾ ਰਿਕਾਰਡ ਤੋੜਿਆ ਉਹਨਾਂ ਨੇ, ਹੈ ਨਾ, ਅਤੇ ਉਹਨਾਂ ਨੂੰ ਪਹਿਲਾਂ 25 ਸਾਲ 'ਚ ਮਿਲ ਯੰਗੈਸਟ ਮੰਨਿਆ ਜਾਂਦਾ ਸੀਗਾ, ਅਤੇ ਹੁਣ 17 ਸਾਲ ਦੇ ਸੀਗਾ, ਇਹਨਾਂ ਨੂੰ ਮਿਲ ਗਿਆ, ਠੀਕ ਹੈ। ਉਸ ਤੋਂ ਬਾਅਦ ਅਸੀਂ ਇਹ ਦੇਖ ਲਿਆ ਵੀ ਕਿੰਨਿਆਂ ਨੂੰ ਮਿਲ ਚੁੱਕਿਆ, ਫਸਟ ਵੂਮੈਨ ਕੌਣ ਸੀਗੇ, ਠੀਕ ਹੈ, ਕੀ ਦਿੱਤਾ ਜਾਂਦਾ ਹੈ, ਦੇਖ ਲਿਆ ਇੰਪੋਰਟੈਂਟ ਕੌਣ ਦਿੰਦਾ, ਕਿਹੜੀ ਔਰਗਨਾਈਜੇਸ਼ਨ ਦਿੰਦੀ ਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ। ਜਿਹੜੇ ਮੋਸਟ ਇੰਪੋਰਟੈਂਟ ਲੋਰੀਅਟ ਸੀਗੇ ਉਹ ਵੀ ਦੇਖ ਲਏ ਅਸੀਂ ਨੇ, ਤਾਂ ਇਹ ਚੀਜ਼ਾਂ ਦੇਖ ਲੈਣੀਆਂ ਜੀ। ਕਿਹੜੇ ਡਿਪਲੋਮਾ ਦਿੱਤਾ ਜਾਂਦਾ, ਹੈ ਨਾ, ਡਿਪਲੋਮਾ ਕਿੱਦਾਂ ਦਾ ਹੁੰਦਾ, ਹੈਂਡਮੇਡ ਚੀਜ਼ ਹੁੰਦੀ ਆ, ਠੀਕ ਹੈ, ਹੈਂਡਮੇਡ ਆਰਟ ਕਰਾਫਟ ਦਾ ਕੰਮ ਹੁੰਦਾ ਇਹਦੇ ਉੱਤੇ ਕੀਤਾ ਹੋਇਆ ਸਵੀਡਿਸ਼ ਐਂਡ ਨੋਰਵੇਨ ਆਰਟਿਸਟਾਂ ਵੱਲੋਂ, ਠੀਕ ਹੈ, ਅਤੇ ਕਿੰਨੀ ਅਮਾਊਂਟ ਆ, ਇਹ ਵੀ ਅਸੀਂ ਦੇਖ ਲਿਆ, ਠੀਕ ਹੈ। ਉਸ ਤੋਂ ਇਲਾਵਾ ਲੋਰੀਅਟ ਵਰਡ ਦਾ ਕੀ ਮੀਨਿੰਗ ਸੀਗਾ, ਇਹ ਸਾਰੇ ਹੀ ਇੰਪੋਰਟੈਂਟ ਹੈ ਜੀ। ਇੱਕ ਵਾਰ ਸਲਾਈਡ ਨੂੰ ਵਾਰ ਵਾਰ ਦੇਖ ਲਿਓ, 2 ਵਾਰ ਦੇਖ ਲਿਓ, 3 ਵਾਰ, ਅਗਰ ਤੁਹਾਨੂੰ ਨਹੀਂ ਸਮਝ ਆਇਆ ਫਿਰ ਵੀ ਕਮੈਂਟ ਬਾਕਸ 'ਚ ਕਮੈਂਟ ਕਰ ਦੇਣਾ। ਮੈਂ ਇਹਦੇ ਵਿੱਚ ਆਲਮੋਸਟ ਸਾਰਾ ਕੁਛ ਹੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ, ਆਲ ਅਵਾਰਡ ਦਾ ਨੋਬਲ ਪ੍ਰਾਈਜ਼। ਮੈਨੂੰ ਨਹੀਂ ਲੱਗਦਾ ਇਸ ਤੋਂ ਬਾਅਦ ਨੋਬਲ ਪ੍ਰਾਈਜ਼ ਦੇ ਉੱਤੇ ਕੋਈ ਹੋਰ ਕੁਐਸਚਨ ਨਿਕਲ ਕੇ ਆ ਸਕਦਾ। ਉਹ ਜਿਹੜੀ ਨੈਕਸਟ ਸੀਰੀਜ਼ ਅਸੀਂ ਕਰਾਂਗੇ, ਨੈਕਸਟ ਜਿਹੜਾ ਪਾਰਟ ਆਏਗਾ ਉਹਦੇ ਵਿੱਚ ਸਾਡਾ ਆਏਗਾ ਨੋਬਲ ਲੋਰੀਅਟ ਜਿਹੜੇ 2017 ਦੇ ਵਿੱਚ, 2017 ਦੇ ਅਵਾਰਡ ਜਿਹੜੇ ਨੋਬਲ ਪ੍ਰਾਈਜ਼ ਉਹ ਕਿਹਨੂੰ ਕਿਹਨੂੰ ਦਿੱਤੇ ਗਏ ਆ, ਠੀਕ ਹੈ, ਉਹ ਦੇਖਾਂਗੇ। ਉਸ ਤੋਂ ਬਾਅਦ ਦੇਖਾਂਗੇ ਨੋਬਲ ਲੋਰੀਅਟਸ ਆਫ ਇੰਡੀਆ, ਉਹ ਵੀ ਇੰਪੋਰਟੈਂਟ ਆ, ਉਹ ਵੀ ਇੱਦਾਂ ਹੀ ਆਪਾਂ ਕੰਪਲੀਟ ਕਰ ਲੈਂਦੇ ਹਾਂ, ਠੀਕ ਹੈ ਜੀ। ਇਸ ਦੇ ਨਾਲ ਜਿਹੜਾ ਸਾਡਾ ਅੱਜ ਦਾ ਟੋਪਿਕ ਹੈ ਖਤਮ ਹੁੰਦਾ, ਨੋਬਲ ਪ੍ਰਾਈਜ਼, ਆਲ ਅਬਾਊਟ ਨੋਬਲ ਪ੍ਰਾਈਜ਼। ਇਸ ਤੋਂ ਇਲਾਵਾ ਨੋਬਲ ਪ੍ਰਾਈਜ਼ ਬਾਰੇ ਹੋਰ ਕੁਝ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ। ਅਗਰ ਕੋਈ ਹੋਰ ਚੀਜ਼ ਨਹੀਂ ਸਮਝ ਆਈ ਤਾਂ ਕਮੈਂਟ ਬਾਕਸ 'ਚ ਕਮੈਂਟ ਕਰ ਦਿਓ। ਨੈਕਸਟ ਪਾਰਟ ਦੇ ਵਿੱਚ ਲੈ ਕੇ ਆਵਾਂਗੇ 2017 ਦੇ ਨੋਬਲ ਪ੍ਰਾਈਜ਼, ਉਸ ਤੋਂ ਬਾਅਦ ਕਰਾਂਗੇ ਨੋਬਲ ਲੋਰੀਅਟਸ ਆਫ ਇੰਡੀਆ। ਬਹੁਤ ਜ਼ਿਆਦਾ ਇੰਪੋਰਟੈਂਟ ਟੋਪਿਕ ਹੈ ਜੀ, ਅਤੇ ਸਾਡਾ ਜਲਦੀ ਹੀ ਕੰਪਲੀਟ ਹੋ ਜਾਏਗਾ, ਠੀਕ ਹੈ। ਅਤੇ ਥੈਂਕ ਯੂ ਫੋਰ ਵਾਚਿੰਗ, ਹੈਵ ਏ ਨਾਈਸ ਡੇ। ਪਲੀਜ਼ ਇਹਨੂੰ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ, ਠੀਕ ਹੈ, ਵੀਡੀਓ ਨੂੰ ਦੇਖਣ ਤੋਂ ਬਾਅਦ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ। ਹੈਵ ਏ ਨਾਈਸ ਡੇ, ਥੈਂਕ ਯੂ।